ਸਸਿਕਾ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਸਾਰੇ ਕੈਂਡੀਡੇਟਸ ਦੇ ਲਈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਨਹੀਂ ਦੋ ਨਹੀਂ ਟੋਟਲ 5 ਵੈਕੈਂਸੀਜ਼ ਦੇ ਬਾਰੇ ਵਿੱਚ ਜਿਹੜੀ ਹੈ ਜੀ ਤੁਹਾਨੂੰ ਇਨਫੋਰਮੇਸ਼ਨ ਦੇਣ ਜਾ ਰਹੇ ਹਾਂ ਜਿਹੜੀ ਕਿ ਰੀਸੈਂਟਲੀ ਆਊਟ ਹੋਈਆਂ ਨੇ ਔਰ ਜਿਨ੍ਹਾਂ ਨੂੰ ਅਪਲਾਈ ਕਰਨ ਦੀ ਡੀਟੇਲ ਹੈਗੀ ਔਰ ਅਗਰ ਤੁਸੀਂ ਹਾਲ ਤੱਕ ਉਹਦੇ ਲਈ ਅਪਲਾਈ ਨਹੀਂ ਕੀਤਾ ਤਾਂ ਤੁਸੀਂ ਕਰ ਪਾਉਂਗੇ ਮੈਂ ਤੁਹਾਨੂੰ ਕੰਪਲੀਟ ਇਨਫੋਰਮੇਸ਼ਨ ਅੱਜ ਦੀ ਇਸ ਵੀਡੀਓ ਦੇ ਵਿੱਚ ਦਵਾਂਗਾ ਸੋ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖਿ ਸਬਸਕ੍ਰਾਈਬ ਕਰਨਾ اور ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਦੇਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ पाओ ਵੈਕੈਂਸੀਸ ਕਾਫੀ ਸਾਰੀਆਂ ਆਊਟ ਹੋਈਆਂ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਵੀ ਅਪਡੇਟ ਲੈ ਸਕਦੇ ਹੋ ਜਿਹਦੇ ਲਈ ਸਿੰਪਲੀ ਤੁਸੀਂ ਕੀ ਕਰਨਾ ਹੈ ਜੀ Google ਜਾ ਕੇ ਟਾਈਪ ਕਰਨਾ ਹੈ meetacademy.xyz ਤੇ ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਮਿਲ ਜਾਏਗੀ ਉੱਥੋਂ ਤੁਸੀਂ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਚਾਹੇ ਉਹ ਸਰਕਾਰੀ ਹੋਣ ਗੈਰ ਸਰਕਾਰੀ ਹੋਣ ਜਾਂ ਸੈਮੀ ਗਵਰਨਮੈਂਟ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਜਿਹੜਾ ਹੈ ਜੀ ਹੋਵੇ ਤੁਸੀਂ ਅਗਰ ਕਿਸੇ ਵੀ ਗਵਰਨਮੈਂਟ ਜੌਬ ਦੀ ਵੀ ਤਿਆਰੀ ਕਰ ਰਹੇ ਹੋ ਉਹਦੇ ਲਈ ਵੀ ਸਟਡੀ ਮਟੀਰੀਅਲ ਜਿਹੜਾ ਹੈ ਜੀ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦਿੱਤਾ ਗਿਆ ਹੈ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਪੱਕੀ ਕਰ ਸਕਦੇ ਹੋ ਹਰ ਤਰ੍ਹਾਂ ਦਾ ਸਟਡੀ ਮਟੀਰੀਅਲ ਅਵੇਲੇਬਲ ਹੈ ਜੀ ਚਾਹੀਏ ਉਹ ਜਨਰਲ ਨੌਲੇਜ ਨੂੰ ਲੈ ਕੇ ਹੋਵੇ ਕੰਪਿਊਟਰ ਦੇ ਟ੍ਰੈਗਰਟਿਡ ਹੋਵੇ ਤੁਸੀਂ ਸਾਰੇ ਹੀ ਉਹ ਜਿਹੜੇ ਨੇ ਉਹ ਡਾਊਨਲੋਡ ਕਰ ਸਕਦੇ ਹੋ ਪੀਡੀਐਫ ਫਾਰਮੈਟ ਚ ਰਹੇਗਾ ਚਲੋ ਹੁਣ ਮੈਂ ਤੁਹਾਨੂੰ ਲੈ ਚਲਦਾ ਜੀ ਰਿਕਰੂਟਮੈਂਟ ਅਪਡੇਟਸ ਉੱਪਰ ਤੇ ਉੱਥੇ ਜਾ ਕੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਜੀ ਮੈਂ ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਪਹਿਲੀ ਪੋਸਟ ਦੇ ਬਾਰੇ ਵਿੱਚ ਜਿਹੜੀ ਕਿ SSC ਵੱਲੋਂ ਆਊਟ ਹੋਈ ਹੈ ਜੀ ਜੋ ਕਿ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਆਊਟ ਕੀਤੀ ਗਈ ਹੈ ਇਸ ਦੇ ਵਿੱਚ 올 ਇੰਡੀਆ ਦੇ ਲਈ ਵੈਕੈਂਸੀਜ਼ ਆਊਟ ਹੋਈਆਂ ਨੇ ਲੇਕਿਨ ਇਹਦੇ ਲਈ ਪੰਜਾਬ ਦੇ ਕੈਂਡੀਡੇਟਸ ਵੀ ਜਿਹੜੇ ਨੇ ਐਲੀਜੀਬਲ ਨੇ ਪੰਜਾਬ ਦੀਆਂ ਵੈਕੈਂਸੀਜ਼ ਵੀ ਕੋਈੜੀਆਂ ਨੇ ਉਹ ਆਊਟ ਹੋਈਆਂ ਹੋਈਆਂ ਨੇ ਜੀ ਇਸ ਦੇ ਵਿੱਚ ਸੈਲਰੀ ਤੁਹਾਡੀ ਜਿਹੜੀ ਰਹਿੰਦੀ ਹੈ ਲੈਵਲ 8 ਦੇ ਅਕੋਰਡਿੰਗਲੀ ਰਹਿੰਦੀ ਹੈ ਜੀ ਸ਼ਾਰਟ ਨੋਟੀਫਿਕੇਸ਼ਨ 17 ਦਸੰਬਰ ਨੂੰ ਆਊਟ ਹੋ ਗਿਆ ਸੀਗਾ ਅਪਲੀਕੇਸ਼ਨ ਜਿਹੜੀਆਂ ਨੇ 23 ਦਸੰਬਰ 2021 ਤੋਂ ਸਟਾਰਟ ਹੋ ਜਾਣਗੀਆਂ ਔਰ ਲਾਸਟ ਡੇਡ ਅਪਲਾਈ ਕਰਨ ਦੀ 23 ਜਨਵਰੀ 2022 ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਕੌਣ ਕੌਣ ਐਲੀਜੀਬਲ ਹੈਚ 올 ਇੰਡੀਆ ਮੇਲ ਅਤੇ ਫੀਮੇਲ ਕੈਂਡੀਡੇਟ ਐਲੀਜੀਬਲ ਹੁੰਦੇ ਨੇ ਤੇ ਅਪਲਾਈ ਕਰ ਸਕਦੇ ਨੇ ਅਫੀਸ਼ੀਅਲ ਵੈਬਸਾਈਟ ਤੁਸੀਂ ਇਹਨਾਂ ਦੇ ਦੇਖ ਪਾ ਰਹੇ ਹੋ ਤੇ ਸਾਰੀ ਜੌਬ ਰਿਲੇਟਡ ਅਪਡੇਟ ਦੇ ਲਈ ਤੁਸੀਂ ਗੂਗਲ ਜਾ ਕੇ ਟਾਈਪ ਕਰਨਾ ਹੈ ਜੀ mythacademy.xyz ਔਰ ਤੁਹਾਨੂੰ ਫਰਸਟ ਨੰਬਰ 30 ਵੈਬਸਾਈਟ ਮਿਲ ਜਾਏਗੀ ਟੋਟਲ ਵੈਕੈਂਸੀ ਜਿਹੜੀਆਂ ਨੇ ਉਹ ਇਹਦੇ ਵਿੱਚ ਕਮ ਸੇ ਕਮ 25271 ਵੈਕੈਂਸੀਸ ਨੇ ਆਊਟ ਹੋਣ ਗਿਆ ਜਿਹੜੀਆਂ ਕਿ ਜੂਨੀਅਰ ਆਫੀਸਰ ਦੀਆਂ ਇਨਕਮ ਟੈਕਸ ਆਫ ਇਨਸਪੈਕਟਰ ਉਸ ਤੋਂ ਬਾਅਦ ਐਲਡੀਸੀ ਲੋਅਰ ਡਿਵੀਜ਼ਨ ਕਲਰਕ ਯੂਜੀਸੀ ਲੋਅ ਅਪਰ ਡਿਵੀਜ਼ਨ ਕਲਰਕ ਡਿਵੀਜ਼ਨ ਅਕਾਊਂਟੈਂਟ ਦੀ ਹੈ ਉਸ ਤੋਂ ਬਾਅਦ ਸਬ ਇੰਸਪੈਕਟਰ ਦੀਆਂ ਵੈਕੈਂਸੀਸ ਨੇ ਅਸਿਸਟੈਂਟ ਸੈਕਸ਼ਨ ਆਫੀਸਰ ਦੀਆਂ ਨਹੀਂ ਜੀ ਐਕਸਾਈਜ਼ ਇੰਸਪੈਕਟਰ ਜੂਨੀਅਰ ਸਟਡੀ ਕਲ ਆਫੀਸਰ ਅਸਿਸਟੈਂਟ ਆਡਿਟ ਆਫੀਸਰ ਸੈਂਟਰਲ ਐਕਸਾਈਜ਼ ਇੰਸਪੈਕਟਰ ਇੰਸਪੈਕਟਰ ਤੇ ਹੋਰ ਕਈ ਵੈਕੈਂਸੀਸ ਜਿਹੜੀਆਂ ਨੇ ਉਹ SSC ਵੱਲੋਂ ਆਊਟ ਕੀਤੀਆਂ ਹੀ ਜਾਂਦੀਆਂ ਨੇ ਸੋ ਇਸ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਜੀ ਅਗਰ ਅਸੀਂ ਗੱਲ ਕਰੀਏ एलिਜੀਬਿਲਟੀ ਦੀ ਫਰੈਸ਼ਰਸ ਕੈਡੀਡੇਟ ਜਿਹੜੇ ਨੇ ਉਹ एलिਜੀਬਲ ਹੁੰਦੇ ਨੇ ਤੇ ਅਪਲਾਈ ਇਹ ਜਿਹੜਾ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਜੀ ਉਹ ਇਹਦੇ ਲਈ एलिजिਬਲ ਨਹੀਂ ਸਿਲੈਕਸ਼ਨ ਪ੍ਰੋਸੀਜਰ ਦੀ ਗੱਲ ਕਰੀਏ ਟਾਇਰ 1 ਟਾਇਰ 2 ਟਾਇਰ 3 ਔਰ ਟਾਇਰ 4 ਐਗਜ਼ਾਮੀਨੇਸ਼ਨ ਜਿਹੜੇ ਤੁਹਾਡੇ ਨੇ ਉਹ ਹੋਣਗੇ ਤੁਹਾਡੀ ਸਿਲੈਕਸ਼ਨ ਜਿਹੜੀ ਹੈ ਜੀ ਇਹਦੇ ਥਰੂ ਹੋਏਗੀ ਜੀ ਔਰ ਔਨਲਾਈਨ ਪ੍ਰੋਸੈਸ ਹੋਏਗਾ ਇਸਦੇ ਵੀ ਸਿਰਫ ਔਰ ਸਿਰਫ ਔਨਲਾਈਨ ਥਰੂ ਹੀ ਤੁਸੀਂ ਅਪਲਾਈ ਕਰਨਾ ਹੈ ਜੀ ਅਗਰ ਅਸੀਂ ਗੱਲ ਕਰੀਏ SSC CGL ਦੀ ਤਾਂ ਇਸਦੇ ਟਾਪਿਕ ਜਿਹੜੇ ਰਹਿੰਦੇ ਨੇ ਜਨਰਲ ਇੰਟੈਲੀਜੈਂਸ ਦੇ ਹੁੰਦੇ ਨੇ ਜੀ ਰੀਜ਼ਨਿੰਗ ਹੁੰਦੀ ਹੈ ਜਨਰਲ ਨੌਲੇਜ ਮੈਥਸ ਇੰਗਲਿਸ਼ ਹਿੰਦੀ ਟੋਟਲ ਕੁਐਸਚਨ ਜਿਹੜੇ ਨੇ ਜਨਰਲ OBC ਲਈ 100 ਹੈ ਬਾਕੀ ਸਾਰੇ ਲਈ ਜਿਹੜੀ ਹੈ ਉਹ ਨਲ ਹੈ ਜੀ ਤੁਸੀਂ ਦੇਖ ਹੀ ਪਾ ਰਹੇ ਹੋ ਜੌਬ ਪੋਜੀਸ਼ਨ ਦੀ ਗੱਲ ਕਰਾਂ ਤਾਂ ਅਲੱਗ-ਅਲੱਗ ਵੈਕੈਂਸੀਸ ਹੁੰਦੀਆਂ ਨੇ 18 ਤੋਂ 32 ਸਾਲ ਤੱਕ ਦੇ ਕੈਂਡੀਡੇਟ ਨੇ ਉਹ ਐਲੀਜੀਬਲ ਹੁੰਦੇ ਨੇ ਤੇ ਅਪਲਾਈ ਕਰ ਸਕਦੇ ਨੇ ਉਸ ਤੋਂ ਬਾਅਦ ਗੱਲ ਕਰੀ SSC CGL ਅਪਲਾਈ ਆਨਲਾਈਨ ਦੀ ਤਾਂ ਤੁਸੀਂ ਆਨਲਾਈਨ ਇਹਦੇ ਲਈ ਜਿਹੜਾ ਹੈ ਜੀ ਉਹ ਅਪਲਾਈ ਕਰ ਸਕਦੇ ਹੋ ਮੈਂ ਲਿੰਕ ਤੁਹਾਨੂੰ ਆਲਰੇਡੀ ਦਿੱਤਾ ਹੀ ਹੋਇਆ ਸੋ ਇਹਦੇ ਥਰੂ ਤੁਸੀਂ ਅਪਲਾਈ ਕਰ ਲੈਣਾ ਹੁਣ ਅਸੀਂ ਗੱਲ ਕਰਦੇ ਹਾਂ ਸੈਕੰਡ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਜੀ ਸੈਕੰਡ ਨੋਟੀਫਿਕੇਸ਼ਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਆਊਟ ਕੀਤਾ ਗਿਆ ਹੈ ਜਿਸ ਦੇ ਵਿੱਚ 20 ਦਸੰਬਰ ਨੂੰ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਸੀਗਾ ਔਰ ਇਸ ਦੇ ਲਈ 22 ਜਨਵਰੀ 2022 ਜਿਹੜੀ ਹੈ ਜੀ ਲਾਸਟ ਡੇਟ ਰਹਿਣ ਵਾਲੀ ਹੈ male ਤੇ female candidates ਦੇ ਲਈ eligible ਨੇ ਇਸ ਲਈ ਦੋ અલગ-alag ਨੋਟੀਫਿਕੇਸ਼ਨ ਨੇ ਸੀਨੀਅਰ ਸਕੇਲ ਸਟੈਨੋਗ੍ਰਾਫਰ ਦੀਆਂ ਵੈਕੈਂਸੀਸ ਆਊਟ ਹੋਈਆਂ ਨਹੀਂ ਤਾਂ ਸਟੈਨੋਗ੍ਰਾਫਰ ਦੀਆਂ ਵੈਕੈਂਸੀਸ ਨਾਰਮਲ ਵੀ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ 37 ਵਕੰਨੀ ਵੈਕੈਂਸੀਸ ਨੇ ਜਿਹੜੇ ਕਿ 21 ਤੋਂ ਲੈ ਕੇ 30 ਸਾਲ ਤੱਕ ਦੇ ਕੈਂਡੀਡੇਟ ਜਿਹੜੇ ਨੇ eligible ਨੇ ਤੇ ਅਪਲਾਈ ਕਰ ਸਕਦੇ ਨੇ ਇਸ ਦੇ ਵਿੱਚ ਅਗਰ ਅਸੀਂ ਗੱਲ ਕਰਦੇ ਹਾਂ ਕਿ ਤੁਹਾਨੂੰ ਅਪਲਾਈ ਜਿਹੜੇ ਨੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਕਿਸੇ ਵੀ ਰੈਕੋਗਨਾਈਜ਼ਡ ਬੋਰਡ ਯੂਨੀਵਰਸਿਟੀ ਤੋਂ ਅਪਲਾਈ ਕਰ ਸਕਦੇ ਨੇ ਔਰ ਇਸ ਦੇ ਵਿੱਚ ਸਿਲੈਕਸ਼ਨ ਤੁਹਾਡੀ ਜਿਹੜੀ ਕੈਂਡੀਡੇਟ ਨੂੰ ਜਿਹੜਾ ਜੀ ਡਿਕਟੇਸ਼ਨ ਟੈਸ ਪਰ ਮਿੰਟ ਦਾ ਹੋਏਗਾ ਜੋ ਕਿ ਇੰਗਲਿਸ਼ ਸ਼ਾਰਟਹੈਂਡ ਦਾ ਹੋਏਗਾ ਔਰ ਇਸ ਦੇ ਵਿੱਚ ਤੁਹਾਡੀ ਜਿਹੜੀ ਹੈ ਜੀ ਐਕੂਰੇਸੀ ਹੋਣੀ ਚਾਹੀਦੀ ਹੈ ਉਹ ਵੀ ਤੁਹਾਨੂੰ ਉਹਨਾਂ ਨੇ ਦੱਸੀ ਹੋਈ ਹੈ ਕਿ ਤੁਹਾਡਾ ਇਸ ਦੇ ਵਿੱਚ 4% ਤੋਂ ਵੱਧ ਗਲਤ ਨਹੀਂ ਹੋਣਾ ਚਾਹੀਦਾ 20 ਵਰਡ ਪਰ ਮਿੰਟ ਦੀ ਸਪੀਡ ਜਿਹੜੀ ਤੁਹਾਡੇ ਰਿਕੁਆਇਰਡ ਹੈ ਜੋ ਕਿ ਕੰਪਿਊਟਰ ਦੇ ਉੱਪਰ ਲਈਤੀ ਜਾਏਗੀ ਕੰਪਿਊਟਰ ਟੈਸਟ ਦੀ ਔਰ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰੀਏ ਇਸ ਦੇ ਵਿੱਚ ਕਿ ਤੁਹਾਡੀ ਇਸ ਦੇ ਵਿੱਚ ਜਿਹੜੀ ਐਪਲੀਕੇਸ਼ਨ ਫੀ ਹੈ ਜਨਰਲ ਕੈਂਡੀਡੇਟਸ ਲਈ 500 ਹੈ ਐਸਸੀ ਬੀਸੀ ਓਬੀਸੀ ਈਐਸਐਮ ਤੇ ਸਟੇਟ ਆਫ ਪੰਜਾਬ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਲਈ 250 ਪੀਐ ਸੀ ਕੈਂਡੀਡੇਟ ਦੇ ਲਈ 250 ਰੁਪਏ ਰਹੇਗੀ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਦਾ ਐ ਅਪਲਾਈ ਕਰਨ ਦਾ ਲਿੰਕ ਤੁਸੀਂ ਦੇਖ ਪਾ ਰਹੇ ਹੋ ਜੀ ਫਸਟ ਨੰਬਰ ਤੇ ਐ ਸੈਕਿੰਡ ਨੰਬਰ ਤੇ ਤੁਹਾਡਾ ਜਿਹੜਾ ਜੀ ਨੋਟੀਫਿਕੇਸ਼ਨ ਵੀ ਐ ਤੁਸੀਂ ਡਾਊਨਲੋਡ ਕਰ ਸਕਦੇ ਹੋ ਸਾਰੇ ਲਿੰਕ ਮੈਂ ਤੁਹਾਨੂੰ ਸਟੈਪ ਬਾਈਸ ਜਿਹੜੇ 1 ਬਾਈ 1 ਨੇ ਉਹ ਦਿੱਤੇ ਹੋਣਗੇ ਡਿਸਕ੍ਰਿਪਸ਼ਨ ਬਾਕਸ ਜ਼ਰੂਰ ਇੱਕ ਵਾਰੀ ਚੈੱਕ ਕਰ ਲੈਣਾ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਅਪਡੇਟ ਦੇ ਥਰਡ ਨੋਟੀਫਿਕੇਸ਼ਨ ਦੇ ਉੱਤੇ ਥਰਡ ਨੋਟੀਫਿਕੇਸ਼ਨ ਐਚਡੀਐਫਸੀ ਬੈਂਕ ਵੱਲੋਂ ਨਿਕਲ ਕੇ ਆਇਆ ਹੈ ਜਿਸ ਦੇ ਵਿੱਚ ਕਾਫੀ ਸਾਰੀਆਂ ਵੈਕੈਂਸੀਸ ਪੰਜਾਬ ਕੈਂਡੀਡੇਟਸ ਦੇ ਲਈ ਐਡ ਆਨ ਕੀਤੀਆਂ ਗਈਆਂ ਨੇ ਮੈਂ ਪਹਿਲਾਂ ਵੀ ਕਾਫੀ ਟਾਈਮ ਇਸ ਦੇ ਲਈ ਵੀਡੀਓ ਬਣਾ ਕੇ ਤੁਹਾਨੂੰ ਦੱਸ ਹੀ ਚੁੱਕਾ ਹਾਂ ਲੇਕਿਨ ਇਸ ਦੇ ਵਿੱਚ ਦੱਸਣਾ ਚਾਹਾਂਗਾ ਪੰਜਾਬ ਲੋਕੇਸ਼ਨ ਦੇ ਲਈ ਕਾਫੀ ਸਾਰੀਆਂ ਨਵੀਆਂ ਵੈਕੈਂਸੀ ਜਿਹੜੀਆਂ ਨੇ ਉਹ ਐਡ ਕੀਤੀਆਂ ਗਈਆਂ ਨੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਸੋ ਦੇ ਲਈ ਇਹਦੇ ਲਈ ਸਭ ਤੋਂ ਪਹਿਲਾਂ ਪਰਸਨਲ ਬੈਂਕਰ ਦੀਆਂ ਰਿਲੇਸ਼ਨਸ਼ਿਪ ਮੈਨੇਜਰ ਰਿਲੇਸ਼ਨਸ਼ਿਪ ਮੈਨੇਜਰ ਪਰਸੈਸ ਐਗਜ਼ੀਕਿਊਟਿਵ ਦੀਆਂ ਰਿਸਕ ਮੈਨੇਜਰ ਦੀ ਹੈ ਆਰਐਮ ਸਰਵਿਸ ਸੇਲਸ ਮੈਨੇਜਰ ਕਸਟਮਰ ਸਰਵ रिकवरी ਦੀਆਂ ਵੈਕੈਂਸੀ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਸੋ ਇਸ ਦੇ ਵਿੱਚ ਅਲੱਗ ਤੋਂ ਜਿਹੜੀਆਂ ਵੈਕੈਂਸੀਜ਼ ਹੋਰ ਵੀ ਕਈ ਆਊਟ ਹੋਈਆਂ ਨੇ ਤੁਸੀਂ ਦੇਖ ਪਾ ਰਹੇ ਹੋ ਜੀ ਬਰਾਂਡ ਸੇਲਜ਼ ਮੈਨੇਜਰ ਏਰੀਆ ਸੇਲਜ਼ ਮੈਨੇਜਰ ਦੀਆਂ ਤੇ ਉਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਆਨਲਾਈਨ ਇਹਨਾਂ ਦਿੱਤੇ ਗਏ ਲਿੰਕ ਦੇ ਉੱਪਰ ਜਾ ਕੇ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੋਂ ਹੀ ਕਰਨਾ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਵੀ ਐਪਲੀਕੇਸ਼ਨ ਫੀ ਤੁਹਾਨੂੰ ਜਿਹੜੀ ਹੈ ਜੀ ਉਹ ਪੇ ਨਹੀਂ ਕਰਨੀ ਹੋਏਗੀ ਕਿਉਂਕਿ ਕਦੀ ਵੀ HDFC ਬੈਂਕ ਕਿਸੇ ਕੋਲੋਂ ਵੀ ਕਿਸੇ ਤਰ੍ਹਾਂ ਦੀ ਐਪਲੀਕੇਸ਼ਨ ਫੀ ਜਿਹੜੀ ਹੈ ਜੀ ਉਹ ਨਹੀਂ ਲੈਂਦਾ ਸੋ ਤੁਸੀਂ ਵੀ ਕੋਈ ਐਪਲੀਕੇਸ਼ਨ ਫੀ ਕਿਤੇ ਵੀ ਪੇ ਜਿਹੜੀ ਇਹਦੇ ਤੋਂ ਅਪਲਾਈ ਕਰੋਗੇ ਅਗਰ ਕਿਸੇ ਤਰ੍ਹਾਂ ਦੇ ਤੁਹਾਡੇ ਕੋਈ ਫੀਸ ਮੰਗੀ ਵੀ ਜਾਂਦੀ ਹੈ ਤਾਂ ਤੁਸੀਂ ਉਹ ਨਹੀਂ ਸਬਮਿਟ ਕਰਾਣੀ ਹੈ ਇਹਦਾ ਲਿੰਕ ਵੀ ਤੁਹਾਨੂੰ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਦੇ ਦਵਾਂਗਾ ਜ਼ਰੂਰ ਜਾ ਕੇ ਇਹਦੇ ਲਈ ਅਪਲਾਈ ਤੁਸੀਂ ਕਰ ਲੈਣਾ ਜੀ ਸੋ ਚਲੋ ਹੁਣ ਅਸੀਂ ਗੱਲ ਕਰ ਲੈਨੇ ਆਂ ਫੋਰਥ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਜੀ ਇਹ ਨੋਟੀਫਿਕੇਸ਼ਨ ਡਿਸਟ੍ਰਿਕਟ ਐਂਡ ਸੈਸ਼ਨ ਕੋਡ ਵੱਲੋਂ ਆਊਟ ਕੀਤਾ ਗਿਆ ਹੈ ਜੀ ਇਸ ਦੇ ਵੀ ਸਭ ਤੋਂ ਪਹਿਲਾਂ ਤਾਂ ਆਫਲਾਈਨ ਅਪਲਾਈ ਕਰਨਾ ਹੋਵੇਗਾ ਤੁਹਾਨੂੰ ਆਫਲਾਈਨ ਅਪਲਾਈ ਕਰਨ ਦੇ ਲਈ ਇਹ ਪਰਫਾਰਮਾਂਸ ਦੇਖ ਪਾ ਰਿਹਾ ਹਾਂ ਜਿਹੜਾ ਤੁਸੀਂ ਪ੍ਰਿੰਟ ਆਊਟ ਜਿਹੜਾ ਹੈ ਜੀ ਲੈ ਲੈਣਾ ਹੈ ਸਭ ਤੋਂ ਪਹਿਲਾਂ ਤਾਂ ਇਹਦਾ ਪ੍ਰਿੰਟ ਆਊਟ A4 ਸ਼ੀਟ ਦੇ ਉੱਪਰ ਲੈਣਾ ਹੈ ਪਰ ਪ੍ਰਿੰਟ ਆਊਟ ਲੈਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇਹਦੇ ਉਨੂੰ ਕੈਪੀਟਲ ਵਰਡਸ ਦੇ ਵਿੱਚ ਪੂਰਾ ਜਿਹੜਾ ਜੀ ਤੁਹਾਨੂੰ ਫਿਲ ਜਿਹੜਾ ਉਹ ਕਰਨਾ ਹੀ ਪਏਗਾ ਜਿੱਦ ਦੇ ਤੁਸੀਂ ਉਹਨੂੰ ਪੂਰਾ ਫਿਲ ਕਰ ਦਿੰਦੇ ਹੋ ਠੀਕ ਹੈ ਜੀ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਰਿਕੁਆਇਰਡ ਡਾਕੂਮੈਂਟਸ ਦੇ ਨਾਲ ਤਾਨੂੰ ਜਿਹੜਾ ਜੀ ਸੈਂਡ ਕਰਨਾ ਹੋਏਗਾ ਜੀ ਸੋ ਜਿੱਦਾਂ ਤੁਸੀਂ ਸੈਂਡ ਕਰ ਦਿੰਦੇ ਹੋ ਇਹ ਸਾਰੇ ਜਿਹੜੇ ਤੁਸੀਂ ਡਿਟੇਲਸ ਐ ਫਿਲ ਕਰਨੀਆਂ ਹੋਣਗੀਆਂ ਜਿੱਦਾਂ ਕਿ ਨੇਮ ਫਾਦਰ ਨੇਮ ਡੇਟ ਆਫ ਬਰਥ ਏਜ ਕੁਆਲਿਫਿਕੇਸ਼ਨ ਪਰਮਨੈਂਟ ਐਡਰੈਸ ਕੋਰਸਪੋਨੈਂਟ ਐਡਰੈਸ ਐਕਸਪੀਰੀਅੰਸ ਅਗਰ ਤੁਹਾਨੂੰ ਕੋਈ ਹੈਗਾ ਤੁਸੀਂ ਉਹ ਵੀ ਨਾਲ ਲਿਖ ਸਕਦੇ ਹੋ ਕਿਉਂਕਿ ਤੁਹਾਡਾ ਐਕਸਪੀਰੀਅੰਸ ਜਿਹੜਾ ਹੈ ਜੀ ਤੁਹਾਨੂੰ ਪ੍ਰਾਇੋਰਟੀ ਤਾਂ ਨਹੀਂ ਦਿੰਦਾ ਲੇਕਿਨ ਫਿਰ ਵੀ ਜਿਹੜਾ ਹੈ ਜੀ ਤੁਹਾਡੇ ਲਈ ਆਸਾਨ ਹੋ ਜਾਂਦਾ ਐਪਲਾਈ ਕਰਨਾ ਸੋ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਵੈਕੈਂਸੀਜ਼ ਦੀ ਇਸ ਦੇ ਵਿੱਚ ਸਵੀਪਰ ਦੀਆਂ ਜਿਹੜੀਆਂ ਨੇ ਕੰਟ੍ਰੈਕਟ ਬੇਸਿਸ ਤੇ ਵੈਕੈਂਸੀਜ਼ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਕੋਈ ਵੀ ਕੈਂਡੀਡੇਟ ਜਿਹੜਾ ਐਪਲਾਈ ਕਰ ਸਕਦਾ ਹੈ ਇਹਦੇ ਵਿੱਚ ਕੋਈ ਪੜ੍ਹਾਈ ਜਾਂ ਦਿਖਾਈ ਨਹੀਂ ਮੰਗੀ ਗਈ ਸਿਰਫ ਤੁਹਾਨੂੰ ਪੰਜਾਬੀ ਹਿੰਦੀ ਜਿਹੜੀ ਨਾਲ ਉਹਦੀ ਨੌਲੇਜ ਲੈਂਗੁਏਜ ਦੀ ਉਹ ਹੋਣੀ ਜ਼ਰੂਰੀ ਹੈ ਜੀ ਕੰਟ੍ਰੈਕਟ ਬੇਸਿਸ ਤੇ ਵੈਕੈਂਸੀਸ ਹੋਣਗੇ 18 ਤੋਂ 35 ਸਾਲ ਤੱਕ ਦੇ ਕੈਂਡੀਡੇਟ ਨੇ ઓਰੀਜੀਬਲ ਨੇ ਤੇ ਐਪਲਾਈ ਕਰ ਸਕਦੇ ਨੇ ਇਹ ਵੈਕੈਂਸੀਜ਼ ਆਫਿਸ ਆਫ ਡਿਸਟ੍ਰਿਕਟ ਕੰਸੈਸ਼ਨ ਜੱਜ ਬਠਿੰਡਾ ਵੱਲੋਂ ਆਊਟ ਕੀਤਾ ਗਿਆ ਹੈ ਸੀ ਨੋਟੀਫਿਕੇਸ਼ਨ ਤੁਸੀਂ ਇਹ ਸੀਗੇ ਜੀ ਅੱਜ ਦਾ ਨੋਟੀਫਿਕੇਸ਼ਨ ਜਿਹੜਾ ਕਿ ਚੌਥਾ ਔਰ ਹੁਣ ਅਸੀਂ ਗੱਲ ਕਰ ਲੈਣੇ ਲਾਸਟ ਡੇਟ ਆ ਪੰਜਵਾਂ ਨੋਟੀਫਿਕੇਸ਼ਨ ਉਸ ਦੇ ਬਾਰੇ ਵਿੱਚ ਲਾਸਟ ਨੋਟੀਫਿਕੇਸ਼ਨ ਰੇਲਵੇ ਵੱਲੋਂ ਆਊਟ ਕੀਤਾ ਗਿਆ ਹੈ ਜੀ ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ ਗਰੁੱਪ ਸੀ ਦੀਆਂ ਵੈਕੈਂਸੀਜ਼ ਦਾ ਹੈ ਜਿਸ ਦੇ ਵਿੱਚ ਲਾਸਟ ਡੇਟ ਅਪਲਾਈ ਕਰਨ ਦੀ ਜਿਹੜੀ ਹੈਗੀ ਹੈ ਜੀ 25 ਜਨਵਰੀ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਐਕਸਟੈਂਡ ਕਰ ਦਿੱਤਾ ਗਿਆ ਹੈ ਨੋਟੀਫਿਕੇਸ਼ਨ ਜੀ ਇਹਦੇ ਵਿੱਚ ਜਿਹੜੇ ਤੁਸੀਂ 12th ਪਾਸ ਕੈਂਡੀਡੇਟ ਨੇ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਔਰ ਇਸ ਦੇ ਵਿੱਚ ਉਹਨਾਂ ਨੇ ਇੱਕ ਹੋਰ एलिजिਬਿਲਟੀ ਮੰਗੀ ਹੈ ਜੋ ਕਿ ਸਪੋਰਟਸ ਕੋਟੇ ਦੇ ਕੈਂਡੀਡੇਟਾਂ ਵੱਲੋਂ ਮੰਗੀ ਗਈ ਹੈ ਜੀ ਸਪੋਰਟਸ ਕੋਟੇ ਵਾਲੇ ਕੈਂਡੀਡੇਟ ਨੇ ਉਹ एलिजिਬਲ ਨੇ ਤੇ ਅਪਲਾਈ ਕਰ ਸਕਦੇ ਨੇ ਇਸ ਦੇ ਵਿੱਚ ਤੁਹਾਨੂੰ ਜਿਹੜੀ ਅਪਾਇੰਟਮੈਂਟ ਹੈ ਉਹ ਤੁਹਾਡੀ ਜਿਹੜੀ ਆਈਟੀਆਈ ਜਿਨ੍ਹਾਂ ਨੇ ਕੀਤੀ ਹੋਈ ਹੈ ਉਹ ਵੀ ਇਹਦੇ ਲਈ ਅਪਲਾਈ ਕਰ ਸਕਦੇ ਨੇ 10th ਤੋਂ ਬਾਅਦ ਔਰ ਇਸ ਦੇ ਵਿੱਚ ਇਹਨਾਂ ਨੂੰ ਜਿਹੜਾ ਵੀ ਤੁਹਾਡਾ ਰੈਲੇਵੈਂਟ ਡਿਸਪਲਿਨ ਹੈ ਉਸ ਦੇ ਵਿੱਚ ਤੁਸੀਂ ਕੀਤਾ ਹੋਣਾ ਚਾਹੀਦਾ ਹੈ ਸਿਲੈਕਸ਼ਨ ਜਿਹੜੀ ਹੈ ਜੀ ਟ੍ਰਾਇਲ ਬੇਸਿਸ ਤੇ ਹੋਏਗੀ ਔਰ ਸਿਰਫ ਔਰ ਸਿਰਫ ਆਨਲਾਈਨ ਹੀ ਅਪਲਾਈ ਕਰਨਾ ਹੋਏਗਾ ਜੀ ਜਨਰਲ ਕੈਟਾਗਰੀ ਹੈ ਜਾਂ ਐਸਸੀ ਕੈਟਾਗਰੀ ਹੈ ਐਸਟੀ ਕੈ ਉਸ ਦੇ ਵਿੱਚ ਟੋਟਲ 21 ਵੈਕੈਂਸੀ ਜਿਹੜੀਆਂ ਨੇ ਉਹ ਮੰਗੀਆਂ ਗਈਆਂ ਨੇ ਔਰ ਤੁਹਾਡੀ ਏਜ ਲਿਮਿਟ ਐਸ ਪਰ ਨੋਰਮ ਜਿਹੜੀ ਹੈ ਜੀ ਰਹੇਗੀ ਇਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਈਸਟਰਨ ਰੇਲਵੇ ਰਿਕਰੂਟਮੈਂਟ ਜਿਹੜੀ ਹੈ ਨੋਟੀਫਿਕੇਸ਼ਨ ਪੀਡੀਐਫ ਤੁਹਾਡਾ ਜਿਹੜਾ ਹੈ ਜੀ ਉਹ ਦਿਨ ਦਿੱਤਾ ਗਿਆ ਉਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਔਰ ਇਸ ਦੇ ਵਿੱਚ ਤੁਹਾਨੂੰ meetacademy.xyz ਤੋਂ ਜਾ ਕੇ ਸਾਰੇ ਦੇ ਸਾਰੇ ਨੋਟੀਫਿਕੇਸ਼ਨ ਜਿਹੜੇ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਲਿੰਕ ਵੈਸੇ ਤੁਹਾਨੂੰ ਡਿਸਕ੍ਰਿਪਸ਼ਨ ਦੇ ਦਿੱਤਾ ਹੈ ਤੁਸੀਂ Google ਤੇ ਜਾ ਕੇ ਸਿੱਧਾ ਡਾਇਰੈਕਟ ਵੀ ਸਰਚ ਕਰ ਸਕਦੇ ਹੋ ਫਰਸਟ ਨੰਬਰ ਤੇ ਸਾਡੀ ਨੋਟੀਫਿਕੇਸ਼ਨ ਮਿਲ ਜਾਏਗਾ ਜੀ ਤੇ ਚਲੋ ਹੁਣ ਮੈਂ ਤੁਹਾਨੂੰ ਮਿਲਾਂਗਾ ਜੀ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੇਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ